ਘਰਾਂ ਦਾ ਮੁੰਡਾ ਮੈਂ ਉਹ ਆ ਜਾ ਆਹ ਦੇਖ ਲਓ ਦੇਖ ਗੰਦ ਪਾ ਛੱਡਿਆ ਹੋਣਾ ਵੀ ਪੈਲਸਾਂ ਦੇ ਮੂਹਰੇ ਪੁਲਿਸ ਖੜਾ ਦਿਓ ਵੀ ਮੈਂ ਸ਼ਰਾਬ ਨਹੀਂ ਪੀਣ ਦਿੰਦਾ ਐਂ ਨਹੀਂ ਕਰਨ ਦਿੰਦੇ ਅਤੇ ਆਹ ਸਾਹਮਣੇ ਫੈਕਟਰੀ ਚਲਾ ਰਿਹਾ ਇਹ ਦੀਪ ਮਲਹੋਤਰਾ ਉਹ ਆ ਜਿਹੜਾ ਖਰਬਾਂ ਪਤੀ ਆ ਇਹ ਇਹਨਾਂ ਨੂੰ ਗੁਜਰਾਤ 'ਚ ਵੀ ਫੰਡ ਦਿੱਤਾ ਹਿਮਾਚਲ 'ਚ ਵੀ ਦਿੱਤਾ ਆਹ ਹਰਿਆਣੇ 'ਚ ਚੋਣਾਂ ਆਉਣੀਆਂ ਉੱਥੇ ਵੀ ਫੰਡ ਦੇਊਗਾ ਮੋਦੀ 'ਤੇ ਇੱਕ ਪਹੁੰਚ ਰੱਖਦਾ ਉਹ ਬੰਦਾ ਜਮਾਂ ਇਹਨਾਂ ਦੀ ਗੱਲ ਦੀ ਹੱਡੀ ਬਣ ਗਿਆ ਪਰ ਆਹ ਸੂਰਜ ਸਰਕਾਰ ਦਾ ਇੱਚੀ ਸਿੱਪ ਜਾਣਾ ਇਹਨਾਂ ਦੇ ਜਿਹੜੇ 92 MLA ਉਹਨਾਂ ਨੂੰ ਕਿਹਾ ਤੁਸੀਂ ਪਾਣੀ ਪੀ ਲਿਓ ਅਤੇ ਅਸੀਂ ਉਹਦੀ ਧਰਨਾ ਚੱਕ ਦਿਆਂਗੇ ਉਹ ਇਹਨਾਂ ਦਾ ਮੋਦੀ ਨੇ ਨਹੀਂ ਸਾਨੂੰ ਤੰਗ ਕੀਤਾ ਜਿੰਨਾ ਇਹਨਾਂ ਨੇ ਕਰਤਾ ਚਿੱਟਾ ਬਣਦਾ ਰਿਹਾ ਕਹਿੰਦੇ ਕਿਸੇ ਟਾਈਮ ਇਹਦੇ ਅੰਦਰ ਆ ਸ਼ਰਾਬ ਤੋਂ ਬਿਨਾਂ ਚਿੱਟਾ ਵੀ ਅੰਦਰ ਬਣ ਕੇ ਵੇਚ ਭਗਵੰਤ ਮਾਨ ਤਾਂ ਕਹਿੰਦੇ ਹਰਾ ਪੈਨ ਲੋਕਾਂ ਲਈ ਚੱਲੂ ਇਹਦਾ ਪਰਚਿਆਂ 'ਤੇ ਚੱਲ ਰਿਹਾ ਅਕਾਲੀ ਕਾਂਗਰਸ ਸਾਨੂੰ ਸੋਸ਼ਲ ਮੀਡੀਆ 'ਤੇ ਬੋਲਣ ਤੋਂ ਨਹੀਂ ਰੋਕਦੇ ਸੀ ਸਾਡੇ ਮੀਡੀਆ 'ਤੇ ਕਬਜ਼ਾ ਨਹੀਂ ਕਰਦੇ ਮੀਡੀਆ 'ਤੇ ਕਬਜ਼ਾ ਕਰ ਰਿਹਾ ਮੀਡੀਆ 'ਚ ਬੋਲੀ ਜਾਂਦੇ ਆ ਗੱਪ ਮਾਰੀ ਜਾਂਦੇ ਆ ਪੱਲੇ ਕੱਖ ਨਹੀਂ ਜੇ ਨਾ ਇਹਨਾਂ ਨੇ ਕੋਈ ਕੀਤਾ ਗਾ ਇਹਨਾਂ ਨੇ ਅਕਾਲੀ ਕਾਂਗਰਸ ਚੰਗੇ ਕਰਾ ਕਹਾਤੀ ਰਾਜਾ ਬੜਿੰਗ ਵੀ ਕਹੀ ਜਾਂਦਾ ਵੀ ਫੈਕਟਰੀ ਤੋਂ ਦੂਰ ਧਰਨਾ ਲਾਓ ਹਾਂ ਵੀ ਤੂੰ ਰਾਜੇ ਬੜਿੰਗ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੂੰ ਵੀ ਬਹੁਤ ਸੀਟਾਂ ਜਿੱਤ ਗਿਆ ਆਉਣ ਵਾਲੇ ਟਾਈਮ 'ਚ ਵੀ ਜਿੱਤ ਜਾਏਗਾ ਕਿ ਉਹੀ ਮਾਨ ਆ ਜਿਹੜਾ ਕਹਿੰਦਾ ਹੁੰਦਾ ਸੀ ਮੈਂ ਆਮ ਘਰ ਦਾ ਬੱਚਾ ਜਿਹੜਾ ਕਹਿੰਦਾ ਮੇਰੀ ਸਰਕਾਰ ਆਉਣ ਤੋਂ ਮੈਂ ਇੱਕ ਧਰਨਾ ਨਹੀਂ ਲੱਗਣ ਦਾ ਪਰ ਆ ਦੂਜੀ ਦਿੱਲੀ ਬਣਾ ਕੇ ਰੱਖਤਾ ਇਹ ਤਾਂ ਯਾਰ ਸਾਰੀ ਦੁਨੀਆ ਨੂੰ ਮਾੜੀ ਸਰਕਾਰ ਸਾਬਤ ਹੋ ਗਈ ਠੀਕ ਆ ਇਹ ਤਾਂ ਸਾਰੀ ਦੁਨੀਆ ਨੂੰ ਮਾੜੀ ਸਰਕਾਰ ਇਹ ਨਿਕਲ ਗਈ ਵੀ ਅਕਾਲੀ ਕਾਂਗਰਸ ਸਾਨੂੰ ਸੋਸ਼ਲ ਮੀਡੀਆ 'ਤੇ ਬੋਲਣ ਤੋਂ ਨਹੀਂ ਰੋਕਦੇ ਸੀ ਸਾਡੇ ਮੀਡੀਆ 'ਤੇ ਕਬਜ਼ਾ ਨਹੀਂ ਕਰਦੇ ਮੀਡੀਆ 'ਤੇ ਕਬਜ਼ਾ ਕਰ ਰਹੇ ਆ ਭਗਵੰਤ ਮਾਨ ਕਿੰਨੇ ਗੱਪ ਮਾਰਦਾ ਹੁੰਦਾ ਸੀ ਵੀ ਹੈਲੀਕਾਪਟਰ 'ਤੇ ਤਾਂ ਚੜਿਆ ਨੂੰ ਥੱਲੇ ਲੋਕਾਂ ਦਾ ਦਰਦ ਨਹੀਂ ਦਿਸਦਾ ਲੋਕਾਂ ਦੇ ਚੁੱਲ੍ਹਿਆਂ 'ਚ ਸਵਾਹ ਨਹੀਂ ਹੈਗੀ ਲੋਕਾਂ ਦੇ ਅੱਗ ਹੈ ਨਹੀਂ ਗੀ ਇਹ ਮੈਂ ਤਾਂ ਜੀ ਟਰੈਕਟਰ ਆਸੇ ਦਾ ਜਿਹੜਾ ਆਸਾ ਟਰੈਕਟਰ ਸੀ ਮੈਂ ਜਦੋਂ ਉਹਦਾ ਹੈਂਡਲ ਮਾਰ ਕੇ ਸਟਾਰਟ ਕਰਦੇ ਮੇਰਾ ਗੁੱਟ ਟੁੱਟ ਗਿਆ ਸੀ ਮੈਂ ਆਮ ਘਰਾਂ ਦਾ ਮੁੰਡਾ ਮੈਂ ਉਹ ਆ ਜਾ ਆਹ ਦੇਖ ਲਓ ਦੇਖ ਗੰਦ ਪਾ ਛੱਡਿਆ ਹੁਣ ਗੱਲ ਪੱਕੀ ਹੈ ਬੀਤੇ ਜੀ 2.5 ਲੱਖ ਦੇ ਤਾਂ ਬੂਟ ਪਾਈ ਜਾਂਦਾ 3 ਦੇ ਅਤੇ ਹੁਣ ਊਂ ਤਾਂ ਕਹਿੰਦਾ ਵੀ ਪੈਲਸਾਂ ਦੇ ਮੂਹਰੇ ਪੁਲਿਸ ਖੜਾ ਦਿਓ ਵੀ ਮੈਂ ਸ਼ਰਾਬ ਨਹੀਂ ਪੀਣ ਦਿੰਦਾ ਐਂ ਨਹੀਂ ਕਰਨ ਦਿੰਦੇ ਅਤੇ ਆਹ ਸਾਹਮਣੇ ਫੈਕਟਰੀ ਚਲਾ ਰਿਹਾ ਇਹ ਦੀਪ ਮਲਹੋਤਰਾ ਉਹ ਆ ਜਿਹੜਾ ਖਰਬਾਂ ਪਤੀ ਆ ਇਹ ਇਹਨਾਂ ਨੂੰ ਗੁਜਰਾਤ 'ਚ ਵੀ ਫੰਡ ਦਿੱਤਾ ਹਿਮਾਚਲ 'ਚ ਵੀ ਦਿੱਤਾ ਆਹ ਹਰਿਆਣੇ 'ਚ ਚੋਣਾਂ ਆਉਣੀਆਂ ਉੱਥੇ ਵੀ ਫੰਡ ਦੇਊਗਾ ਇਹ ਭਗਵੰਤ ਮਾਨ ਦਾ ਤਾਂ ਯਾਰ ਇਹ ਤਾਂ ਖਤਮ ਸਰਕਾਰ ਇਹਦਾ ਤਾਂ ਪੁੱਛੀ ਨਾ ਫੰਡ ਕਰਕੇ ਹੀ ਸਰਕਾਰ ਗੱਲ ਨਹੀਂ ਗੋਲ ਰਹੀ ਹਾਂ ਪੈਸੇ ਮਿਲ ਰਹੇ ਯਾਰ ਹੋਰ ਕਿਉਂ ਬਾਈ ਯਾਰ ਜਦੋਂ ਲਾਲ ਝੂ ਫੇਰੀ ਆ ਦੀਪ ਮਲਹੋਤਰੇ ਨੂੰ ਇਹ ਆ ਵੀ ਜੇ ਆਹ ਫੈਕਟਰੀ ਬੰਦ ਹੋ ਗਈ ਮੇਰੀਆਂ ਹੋਰ ਬੰਦ ਹੋ ਜਾਣਗੀਆਂ ਮੋਦੀ 'ਤੇ ਇੱਕ ਪਹੁੰਚ ਰੱਖਦਾ ਉਹ ਬੰਦਾ ਜਮਾਂ ਇਹਨਾਂ ਦੀ ਗੱਲ ਦੀ ਹੱਡੀ ਬਣ ਗਿਆ ਪਰ ਆਹ ਸੂਰਜ ਸਰਕਾਰ ਦਾ ਇੱਥੇ ਸਿੱਪ ਜਾਣਾ ਆਹ ਜੀਰੇ ਮੋਰਚੇ ਨਹੀਂ ਰਗੜ ਦੇਣਾ ਅੱਜ ਬਹੁਤ ਖੁਸ਼ੀ ਹੋਈ ਸਿੰਘੂ ਬਾਰਡਰ ਵਾਂਗੂ ਕਾਠਾ ਮੈਂ ਤਾਂ ਸਾਰੀਆਂ ਸੰਗਤਾਂ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਵੀ ਫਤਿਹਗੜ੍ਹ ਸਾਹਿਬ ਆਪਣੇ ਦਿਨ ਚੱਲ ਰਹੇ ਆ ਬਾਬਿਆਂ ਦੇ ਉੱਥੇ ਮੱਥਾ ਟੇਕ ਕੇ ਐਂ ਨੂੰ ਚਾਲੇ ਪਾ ਲਓ ਜਿਵੇਂ ਪਿਛਲੀ ਵਾਰ ਆਪਾਂ ਦਿੱਲੀ ਨੂੰ ਪਾਏ ਸੀ ਇਹ ਸਰਕਾਰ ਦਾ ਜਲੂਸ ਕੱਢ ਦਿਓ ਅੱਜ ਤਾਂ ਇਹਨਾਂ ਨੂੰ ਸਾਲ ਹੀ ਹੋਏ ਬਣੇ ਨੂੰ ਇਹ ਇਸ ਤੋਂ ਬਾਅਦ ਆਪਾਂ ਨੂੰ ਬਹੁਤ ਤਪਾਉਣਗੇ 4 ਸਾਲ ਪਏ ਆ ਇਹਨਾਂ ਦੇ ਜਿਹੜੇ 92 MLA ਉਹਨਾਂ ਨੂੰ ਕਿਹਾ ਤੁਸੀਂ ਪਾਣੀ ਪੀ ਲਿਓ ਅਤੇ ਅਸੀਂ ਉਹਦੀ ਧਰਨਾ ਚੱਕ ਦਿਆਂਗੇ ਇਹ ਸਾਰੇ ਯਾਰ ਮੇਰੀ ਗੱਲ ਸੁਣ ਲਾ ਵਿੱਚੀ ਅਕਾਲੀ ਕਾਂਗਰਸ ਸਾਰਾ ਕੁਛ ਇਕੱਠੀ ਰਲ ਕੇ ਇੱਕ ਹਿਸਾਬ ਦੇ ਇਹ ਕਿਵੇਂ ਰਲ ਕੇ ਕਿਉਂਕਿ ਰਾਜਾ ਬੜਿੰਗ ਵੀ ਕਹੀ ਜਾਂਦਾ ਵੀ ਫੈਕਟਰੀ ਤੋਂ ਦੂਰ ਧਰਨਾ ਲਾਓ ਹਾਂ ਵੀ ਤੂੰ ਰਾਜੇ ਬੜਿੰਗ ਨੂੰ ਵੀ ਪੁੱਛਣਾ ਚਾਹੁੰਦਾ ਵੀ ਤੂੰ ਵੀ ਬਹੁਤ ਸੀਟਾਂ ਜਿੱਤ ਗਿਆ ਆਉਣ ਵਾਲੇ ਟਾਈਮ 'ਚ ਵੀ ਜਿੱਤ ਜਾਏਗਾ ਕਮਾਲ ਆ ਯਾਰ ਤੁਸੀਂ ਸਾਰੀ ਰਲ ਕੇ ਚੋਰੀ ਕੁੱਤੀ ਚੋਰਾਂ ਨਾਲ ਰਲ ਗਈ ਉਹ ਗੱਲ ਹੋ ਗਈ ਬਾਈ ਇਹ ਕਾਇਮ ਰਹਿਣਾ ਪੂ ਲੋਕਾਂ ਨੂੰ ਨਹੀਂ 4 ਸਾਲ ਆਪਣਾ ਜਲੂਸ ਕਰ ਦੇਣਗੇ ਪੰਜਾਬ ਨੂੰ ਸਾਰੇ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਵੀ ਤੁਸੀਂ ਇੱਕ ਪਰਿਵਾਰ ਬਣ ਜਾਓ ਜਿੱਥੇ ਵੀ ਵਕਤ ਪੈਂਦਾ ਗਾ ਪਹੁੰਚ ਜਾ ਕਰੋ ਹੁਣ ਇੱਥੇ ਬਹੁਤ ਵਧੀਆ ਮੈਂ ਇਹ ਖੁਸ਼ੀ ਦੀ ਗੱਲ ਆ ਮੈਨੂੰ ਆਪਦੇ ਆਪ ਨੂੰ ਖੁਸ਼ੀ ਹੋ ਰਹੀ ਆ ਵੀ ਇੱਕ ਆਵਾਜ਼ ਮਾਰੀ ਅਤੇ ਵੀ ਸਾਡਾ ਧਰਨਾ ਚੁਕਾਉਂਦੇ ਪੁਲਿਸ ਆ ਪਹੁੰਚ ਗਿਆ ਸਾਰਾ ਪੰਜਾਬ ਬੰਦਾ ਕਹਿੰਦਾ ਹਰਾ ਪਿੰਨ ਲੋਕਾਂ ਲਈ ਚੱਲੂ ਇਹਦਾ ਪਰਚਿਆਂ 'ਤੇ ਚੱਲ ਰਿਹਾ ਇੱਕ ਸਾਡਾ ਭਰਾ ਜਸ ਕਰਨ ਖੜਾ ਗਾ ਇਹ ਬਹੁਤ ਜਲੂਸ ਕੱਢਦੇ ਇਹਨਾਂ ਦਾ ਵਿੰਗ ਕਰ ਰਿਹਾ ਇਹ ਉਹ MLA ਜਿਹੜਾ ਕਹਿੰਦਾ ਸੀਗਾ ਵੀ DC ਨੂੰ ਮੈਂ ਬੇਨਤੀ ਕਰਦਾ ਵੀ ਮੇਰਾ ਫੋਨ 'ਤੇ ਰੇਂਜ ਨਹੀਂ ਆਉਂਦੇ ਉੱਥੇ ਇਹਨੇ ਬਹੁਤ ਜਲੂਸ ਕੱਢਿਆ ਸਾਰਿਆਂ ਦੀ ਕੱਢਦਾ ਗਾ ਬਹੁਤ ਵਧੀਆ ਇਹੋ ਜਿਹੇ ਭਰਾ ਕੰਮ ਕਰਦੇ ਰਹਿਣ ਅਤੇ ਸਾਰਾ ਪੰਜਾਬ ਜੁੜਿਆ ਰਹੇ ਅਤੇ ਬਾਈ ਤੂੰ ਕੀ ਕਹਿਣਾ ਚਾਹੁੰਦਾ ਤੂੰ ਵੀ ਦੱਸ ਵੇਖ ਇਹੀ ਗੱਲ ਆ ਜਲੂਸ ਮੈਂ ਕਹਿੰਦਾ ਵੀ ਆਪਾਂ ਸੱਚ ਵਿਖਾਉਣੇ ਆ ਹੈ ਨਾ ਜਲੂਸ ਜਿਹੜੀ ਗੱਲ ਹੁੰਦੀ ਆ 2015 'ਚ ਗਲਤੀ ਕੀਤੀ ਸੀ ਅਕਾਲੀ ਦਲ ਨੇ ਅਤੇ ਉਹ ਇਸ ਤਰੀਕੇ ਨਾਲ ਖਤਮ ਹੋ ਗਿਆ ਜਿਵੇਂ ਪੰਜਾਬ 'ਚ ਹੁੰਦਾ ਨਹੀਂ 2017 'ਚ ਗਲਤੀ ਕੀਤੀ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਹੁਣ ਇਹ ਗਲਤੀ ਭਗਵੰਤ ਮਾਨ ਨੇ ਕੀਤੀ ਆ ਠੀਕ ਆ ਸਾਡਾ ਸਿਰ ਝੁਕਦਾ ਅਸੀਂ ਵੀ ਸ਼ਰਮਣਾ ਐਂ ਸਿਰ ਲੋਕਾਂ ਦੇ ਸਾਹਮਣੇ ਖੜਦਾ ਸਾਡਾ ਪੰਜਾਬ ਦੇ ਲੋਕਾਂ ਦਾ ਕਿਉਂਕਿ ਐਡਾ ਵੱਡਾ ਬਦਲਾਅ ਲਿਆ ਕੇ ਦਿੱਤਾ ਭਗਵੰਤ ਮਾਨ ਪਹਿਲੀ ਗੱਲ ਉਹ ਆਪ ਹੀ ਇੱਥੋਂ ਤੱਕ ਪਹੁੰਚਿਆ ਸਟਰਗਲ ਕਰਕੇ ਉਹਨੂੰ ਆਪ ਸੋਚਣਾ ਚਾਹੀਦਾ ਹਰੇ ਪਿੰਨ ਦੀ ਗੱਲ ਉਹ ਬੰਦੇ ਨੇ ਕੀਤੀ ਪਰ ਹਰਾ ਪਿੰਨ ਚਲਾਉਣ ਕਿੱਥੇ ਲੱਗ ਗਿਆ ਤੂੰ ਮੈਂ ਕਹਿੰਦਾ ਵੀ ਜਿਹੋ ਜਿਹੀ ਤੂੰ ਲਾਈਫ ਜਿਉਣੀ ਆ ਆਪਦੀ ਜਿਉਂ ਪਰ ਲੋਕਾਂ ਦੇ ਗੱਲ 'ਚ ਗੂਠਾ ਨਾ ਦੇ ਇੱਕ ਪਰਸ ਜਿਵੇਂ ਰੰਧਾਵੇ ਨੇ ਕਿਹਾ ਵੀ ਪੈਲਸਾਂ ਦੇ ਬਾਹਰ 'ਤੇ ਕਹਿੰਦਾ ਵੀ ਦਾਰੂ ਚੈੱਕ ਕਰ ਲਓ ਉੱਥੇ ਤਾਂ ਇੱਕ ਇੱਕ ਪਿੱਗ ਲਾਉਣਾ ਇੱਥੇ ਜਿੱਥੇ ਇਹੋ ਜਿਹਾ ਕੰਮ ਕੀਤਾ ਪਿਆ ਟਰੱਕ ਭਰ ਜਾਂਦੇ ਆ ਜਿੱਥੇ ਆ ਨਾਲ ਦੇ ਤੁਸੀਂ ਪਿੰਡਾਂ ਦੇ ਨਾ ਕਿਤੇ ਮੈਂ ਪਿੱਛੇ ਜੇ ਜਦੋਂ ਇਹ ਸ਼ੁਰੂ ਹੋਇਆ ਮੋਰਚਾ ਉਦੋਂ ਆਇਆ ਸੀ
ਮੇਰੇ ਚੈਨਲ 'ਤੇ ਵੀ ਇੱਕ ਵੀਡੀਓ ਪਈ ਹੈ ਪੇਜ 'ਤੇ, ਬੰਦੇ ਨੇ ਕੱਪੜੇ ਲਾਹ ਕੇ ਵਿਖਾਏ ਸੀਗੇ ਅਤੇ ਸਾਰਾ ਪਿੰਡ ਉਹਦਾ ਪਿੰਡਾਂ ਨਾ ਖਾਰਸ਼ ਦੇ ਨਾਲ ਖਤਮ ਹੋਇਆ ਵਾ। ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਭਗਵੰਤ ਮਾਨ ਨੂੰ ਵੀ, ਇਹ ਗੱਲ ਤੂੰ ਯਾਦ ਰੱਖ ਲਈ, ਹੋ ਸਕਦਾ ਅਕਾਲੀ ਕਾਂਗਰਸ ਦੁਬਾਰਾ ਕਿਤੇ ਨਾ ਕਿਤੇ ਆ ਜਾਣ, ਕਿਤੇ ਨਾ ਕਿਤੇ ਲੋਕਾਂ ਦੇ ਦਿਲ ਜਿੱਤ ਲੈਣ। ਅਵੇਅਰ ਜਾਗਰੂਕ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕੀਤਾ ਸੀ ਵੀ ਲੀਡਰ ਥੋਥੋਂ ਵੱਡੇ ਨੀਗੇ, ਥੋਡੀ ਵੱਡੀ ਤਾਕਤ ਆ, ਲੀਡਰ ਆਮ ਗੱਲ ਹੁੰਦੀ ਆ, ਅਤੇ ਲੋਕਾਂ ਨੂੰ ਅਵੇਅਰ ਇਹਨਾਂ ਨੇ ਕੀਤਾ। ਪਰ ਜੇ ਇਹ ਇਹੋ ਜਿਹਾ ਕੁਛ ਕਰਨਗੇ ਤਾਂ ਇਹ ਭੁੱਲ ਜਾਣ ਵੀ ਮੁੜ ਕੇ ਕਿਤੇ ਇੱਕ ਵੀ ਸੀਟ ਲੈ ਜਾਣਗੇ, ਕਿਉਂਕਿ ਅਵੇਅਰ ਇਹਨਾਂ ਨੇ ਕੀਤਾ। ਮੈਂਬਰ ਨਹੀਂ ਬਣਦਾ ਪਿੰਡ ਦਾ, ਸਿੱਧੀ ਗੱਲ ਆ। ਅਕਾਲੀ ਬੋਰਡ ਲੱਗੇ ਨੇ, ਬੋਰਡ ਲੱਗੇ ਨੇ, ਬੋਰਡਾਂ 'ਤੇ ਲਿਖਿਆ ਸਾਡਾ ਕੰਮ ਬੋਲਦਾ, ਬਦਲਾਅ ਕੀਤਾ, ਉਹ ਕੰਮ ਬੋਲਦਾ ਸੁਣ ਰਿਹਾ? ਬਸ ਇਕੱਲੀਆਂ ਕਰੋੜਾਂ ਰੁਪਈਆਂ ਦੀਆਂ ਐਡਾਂ ਦੇਈ ਜਾਂਦੇ ਆ, ਮੀਡੀਆ 'ਚ ਬੋਲੀ ਜਾਂਦੇ ਆ, ਗੱਪ ਮਾਰੀ ਜਾਂਦੇ ਆ, ਪੱਲੇ ਕੱਖ ਨਹੀਂ ਜੇ, ਨਾ ਇਹਨਾਂ ਨੇ ਕੋਈ ਕੀਤਾ ਗਾ, ਇਹਨਾਂ ਨੇ ਅਕਾਲੀ ਕਾਂਗਰਸ ਚੰਗੇ ਕਹਾਤੇ, ਉਹਨਾਂ ਦਾ ਕੋਈ ਨਾ ਕੋਈ ਐੱਮ ਐੱਲ ਏ ਨੂੰ ਗਲ ਫੜ ਕੇ ਅਗਲਾ ਕੰਮ ਕਰਾਈ ਲੈਂਦਾ ਜੀ, ਨਾ ਤਾਂ ਇਹਨਾਂ ਦੇ ਐੱਮ ਐੱਲ ਏ ਦਿਸਦੇ ਆ, ਨਾ ਕੋਈ ਇਹਨਾਂ ਦਾ PA ਦਿਸਦਾ, ਸਿੱਧਾ ਭਗਵੰਤ ਮਾਨ ਕੋਲ ਸਾਰਾ ਕੁਛ ਆ, ਜਾਂ ਕੇਜਰੀਵਾਲ ਕੋਲ ਆ ਗਾਹਾਂ, ਥੱਲੇ ਦਾ ਕੋਈ ਬੰਦੇ ਹੀ ਹੈ ਨਹੀਂ। ਐਂ ਲੱਗਦਾ ਵੀ ਸਰਕਾਰ ਹੀ ਆਪਦੇ ਆਪ ਹੀ ਚੱਲ ਰਹੀ ਹੈ, ਜਿਵੇਂ ਭਗਵੰਤ ਮਾਨ ਪਹਿਲਾਂ ਕਹਿੰਦਾ ਹੁੰਦਾ ਸੀ ਵੀ ਆਟੋਮੈਟਿਕ ਹੀ ਚੱਲ ਰਿਹਾ ਅਕਾਲੀ ਕਾਂਗਰਸ, ਉਵੇਂ ਹੀ ਆਟੋਮੈਟਿਕ ਹੀ ਚੱਲ ਰਹੀ ਆ, ਪਰ ਇਹਨਾਂ ਦੇ ਪੱਲੇ ਕੱਖ ਨਹੀਂ, ਕੋਈ ਕਾਨੂੰਨਾਂ ਦੀ ਚੀਜ਼ ਨਹੀਂ ਰਹੇਗੀ, ਥਾਂ ਥਾਂ ਲੁੱਟਾਂ ਖੋਹਾਂ, ਜੰਗਲ ਰਾਜ ਹੋਇਆ ਖੜਾ ਯਾਰ, ਸਾਰਿਆਂ ਨੂੰ ਮਾੜੀ ਸਰਕਾਰ ਸਾਬਤ ਹੋ। ਧਰਨਾ ਨਹੀਂ ਚੱਕਦੇ, ਰੌਲਾ ਇੱਕ ਗਲਾਸ ਦੇ ਪਾਣੀ ਦਾ, ਇੱਕ ਗਲਾਸ ਪਾਣੀ ਪੀ ਲਏ CM ਪੀ ਲਏ, ਜਾਂ ਜਿਹੜਾ ਹਾਈਕੋਰਟ ਨੇ ਫੈਸਲਾ ਸਲਾਇਆ ਉਹ ਜੱਜ ਆ ਕੇ ਪੀ ਲੈਣ, ਇਹਨਾਂ ਦੇ MLA ਅਧਿਕਾਰੀ ਜਾਂ ਇੱਥੇ ਦਾ ਜੀਰੇ ਤੋਂ ਜਿਹੜਾ MLA ਉਹ ਆ ਕੇ ਪੀ ਲੈਣ, ਨਰੇਸ਼ ਕਟਾਰਗਾ, ਪਤਾ ਤਾਂ ਲੱਗੇ, ਤੁਸੀਂ ਇੱਕ ਵਾਰੀ ਪੀ ਤਾਂ ਲਓ। ਹੁਣ ਦੂਸਰੇ ਪਾਸੇ ਤੁਸੀਂ ਵੇਖੋ ਸੰਤ ਸੀਚੇ ਵਾਲਾ, ਸਾਰੇ ਸਤਿਕਾਰ ਕਰਦੇ ਆ, ਹੈ ਨਾ, ਉਹ ਬੰਦਾ ਪ੍ਰਦੂਸ਼ਣ ਵਾਤਾਵਰਨ ਦਾ ਪ੍ਰੇਮੀ ਆ, ਪਰ ਜਦੋਂ ਦਾ ਰਾਜ ਸਭਾ ਦਾ ਮੈਂਬਰ ਬਣਿਆ ਤੁਸੀਂ ਵੇਖੋ ਸੋਸ਼ਲ ਮੀਡੀਆ 'ਤੇ ਕਿੰਨੀਆਂ ਵੀਡੀਓ ਉਹਦੀਆਂ ਫੋਟੋਆਂ ਚੱਲ ਰਹੀਆਂ, ਉਹ ਵੀ ਨਹੀਂ ਆਇਆ। ਮੈਂ ਕੰਮ ਇੱਕ ਇਹਨਾਂ ਨੇ ਹੋਰ ਚਲਾ ਰਿਹਾ ਵੀ ਇਹ ਫੈਕਟਰੀ ਅਕਾਲੀ ਕਾਂਗਰਸ ਵੇਲੇ ਨਹੀਂ ਦਿਸਦੀ ਸੀਗੀ, ਉਦੋਂ ਪਤੰਦਰੋਂ ਜਦੋਂ ਸਾਨੂੰ ਪਤਾ ਹੀ ਨਹੀਂ ਸੀ, ਹੁਣ ਸਾਡਾ ਗੰਦਾ ਪਾਣੀ ਨਿਕਲਿਆ। ਹਾਂ, ਕਿਉਂਕਿ ਜਦੋਂ ਬਾਈ ਸਾਡਾ ਢਿੱਡ ਦੁਖੂ ਫੇਰ ਹੀ ਗੋਲੀ ਲਵਾਂਗੇ, ਸਾਨੂੰ ਹੁਣ ਇਹ ਵੀ ਪਤਾ ਲੱਗਿਆ ਕਿ ਫੈਕਟਰੀ ਝੂਠ ਮਾਰ ਕੇ ਲਾਈ ਸੀ ਵੀ ਫੈਕਟਰੀ ਦੱਸਿਆ ਨਹੀਂ ਸੀ ਸ਼ਰਾਬ ਦੀ ਇਹ। ਹਾਂ, ਸਾਰਾ ਕੁਝ ਚੋਰੀ ਕੀਤਾ, ਫਿਰ ਇਹ ਕਹਿੰਦੇ ਸੀ ਕਰੋੜਾਂ ਰੁਪਏ ਟ੍ਰੀਟਮੈਂਟ 'ਤੇ ਲਾਵਾਂਗੇ ਵੀ ਥੱਲੇ ਅਸੀਂ ਸਾਫ਼ ਪਾਣੀ ਪਾਵਾਂਗੇ, ਪਰ ਲਾਹਣ ਸਿੱਧੀ ਸਿੱਟੀ ਜਾਂਦੇ ਬੋਰ ਕਰਕੇ, ਬਾਹਰਲੇ ਦੇਸ਼ਾਂ 'ਚ ਬਾਈ ਕਰੋੜਾਂ ਰੁਪਈਏ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਕਰੋੜਾਂ ਰੁਪਈਏ ਲਾਉਂਦੇ ਇੱਕ ਗਲਾਸ ਪਾਣੀ ਵੀ ਸਾਫ਼ ਜਾਵੇ ਧਰਤੀ 'ਚ, ਵੀ ਲੋਕਾਂ ਨੂੰ ਦੁੱਖ ਦਾ ਸਾਹਮਣਾ ਨਾ ਕਰਨਾ ਪਵੇ, ਗੰਦਾ ਪਾਣੀ ਨਾ ਪੀਣ ਲੋਕ, ਪਰ ਇਹਨਾਂ ਨੇ ਤਾਂ ਗੰਦ ਪਾ ਛੱਡਿਆ ਯਾਰ, ਚਿੱਟਾ ਬਣਦਾ ਰਿਹਾ ਕਹਿੰਦੇ ਕਿਸੇ ਟਾਈਮ ਇਹਦੇ ਅੰਦਰ ਆ, ਸ਼ਰਾਬ ਤੋਂ ਬਿਨਾਂ ਚਿੱਟਾ ਵੀ ਅੰਦਰ ਬਣ ਕੇ ਵੇਚਦਾ। ਇਹ ਪਹਿਲੀ ਵਾਰ ਸੁਣ ਰਿਹਾ ਮੈਂ ਤੁਹਾਡੇ ਕੋਲੋਂ। ਹਾਂ ਬਾਈ, ਆਹ DSP ਸਾਹਿਬ ਕਹਿ ਕੇ ਗਏ ਇੱਥੇ ਕੈਮੀਕਲ ਇੱਥੇ ਬਣਦਾ ਰਿਹਾ, ਇੱਥੇ ਉਹਦੇ ਕੋਈ 500 ਬੰਦਾ ਸੀਗਾ। ਤੁਹਾਡਾ ਪਿੰਡ ਇਹੀ ਆ? ਮੇਰਾ ਪਿੰਡ ਇੱਥੋਂ 5-7 ਕਿਲੋਮੀਟਰ ਦੀ ਦੂਰੀ 'ਤੇ ਆ, ਬਲਵਿੰਦਰ ਸਿੰਘ ਸਿੱਖ ਆਏ ਸੀ ਜਿੱਥੇ ਬਾਹਲਾ ਪੁਲਿਸ ਦਾ ਕੱਟ ਸੀਗਾ, ਉਹ ਦੱਸ ਕੇ ਗਏ ਵੀ ਇੱਥੇ ਕੈਮੀਕਲ ਬਣਦਾ ਰਿਹਾ ਉਹ। ਬਾਈ ਕਿਵੇਂ ਵੇਖਦੇ ਹੋ, ਸਰਕਾਰ ਬਦਲਾਅ ਦੀ ਚਾਹੁੰਦੀ ਸੀ, ਕਹਿੰਦੀ ਸੀ ਅਸੀਂ ਲੋਕਾਂ ਦੇ ਹਿੱਤ ਦੀ ਗੱਲ ਕਰਾਂਗੇ? ਨਾ ਤਾਂ ਸਾਨੂੰ ਜਾਣੀ ਕਿ ਅਸੀਂ ਦਿੱਲੀ 1.5 ਸਾਲ ਸਾਡੀ ਕਿਸਾਨ ਯੂਨੀਅਨ ਸਾਰੀਆਂ ਰਹੀਆਂ, ਇਹਨਾਂ ਦਾ ਮੋਦੀ ਨੇ ਨਹੀਂ ਸਾਨੂੰ ਤੰਗ ਕੀਤਾ, ਜਿੰਨਾ ਇਹਨਾਂ ਨੇ ਕਰਤਾ ਧਰਨਿਆਂ 'ਚੋਂ ਨਿਕਲੀ ਸਰਕਾਰ, ਧਰਨਿਆਂ ਵਾਲਿਆਂ ਨੂੰ ਕੁੱਟਣ ਲੱਗ ਪਈ। ਤੁਸੀਂ ਵੇਹਣੇ ਹੀ ਆ, ਵੀ ਮਾੜੀ ਗੱਲ ਨਹੀਂ ਗੀ ਇਹ, ਤੁਸੀਂ ਵੀ ਇਨਸਾਨ, ਪਾਣੀ ਹਰੇਕ ਬੰਦੇ ਨੇ ਪੀਣਾ, ਫਿਰ ਵੇਖੋ ਇਹਨਾਂ ਦੇ ਕਿੱਡੀ ਮਾੜੀ ਗੱਲ ਆ। 1500 ਰੁਪਈਆ ਪ੍ਰਤੀ ਏਕੜ ਸਰਕਾਰ ਜ਼ਿਮੀਂਦਾਰ ਨੂੰ ਏਕੜ ਦੇ ਰਹੀ ਵੀ ਸਿੱਧਾ ਝੋਨਾ ਬੀਜੋ, ਅਤੇ ਜਿੱਦਾਂ ਦੀ ਇਹ ਫੈਕਟਰੀ ਬੰਦ ਹੋਈ ਸਾਡੀਆਂ ਮੋਟਰਾਂ 'ਚ ਟੋਟੇ ਪੈਣੇ ਬੰਦ ਹੋ ਗਏ ਆ, ਨਹੀਂ ਤਾਂ ਹਰੇਕ ਸਾਲ ਆ ਮੁੰਡੇ ਮੇਰੇ ਪਿੰਡ ਦੇ ਖੜ੍ਹੇ, 30 ਫੁੱਟ ਪਾਣੀ ਥੱਲੇ ਜਾ ਰਿਹਾ ਸੀ, 40-40 ਦੀਆਂ ਮੋਟਰਾਂ ਚੱਲੀ ਜਾਣੀਆਂ ਹਰ ਸਿਆਲ, ਇੰਨਾ ਫਰਕ ਪੈ ਗਿਆ। ਹਾਂਜੀ, ਜਦੋਂ ਚੱਲ ਪਾਣੀ ਕੱਢੀ ਜਾਣਾ ਬਾਈ, ਆਉਣਾ ਕਿੱਥੋਂ, ਅਸੀਂ ਸਾਡੀ ਅਸੀਂ ਝੋਨਾ ਲਾਇਆ, ਝੋਨੇ ਨੇ ਸਾਡੇ ਪਾਣੀ ਦੀ ਤਬਾਹੀ ਠਾਤੀ, ਜਦੋਂ ਲੇਟ ਹੋਇਆ ਉਦੋਂ ਦੇ ਬਚ ਕੇ ਪਾਣੀ ਕੱਢੀ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਲੋਕਾਂ ਦਾ ਗੁੱਸਾ ਜਾਇਜ਼ ਆ, ਲੋਕ ਆਪਣਾ ਦਰਦ ਸੁਣਾ ਰਹੇ ਨੇ, ਕਹਿੰਦੇ ਨੇ ਕਿ ਫੈਕਟਰੀ ਬੰਦ ਹੋਣੀ ਚਾਹੀਦੀ, ਲੇਕਿਨ ਜਦੋਂ ਤੱਕ ਫੈਕਟਰੀ ਬੰਦ ਨਾ ਹੋਈ ਅਸੀਂ ਉੱਠਣ ਵਾਲੇ ਨਹੀਂ, ਇਸੇ ਤਰ੍ਹਾਂ ਅਸੀਂ ਰੋਸ ਜ਼ਾਹਿਰ ਕਰਾਂਗੇ। ਤੁਸੀਂ ਜੁੜੇ ਲੋਕ ਵਾਈ TV ਦੇ ਨਾਲ, ਮੈਂ ਪਰਮਜੀਤ ਸਿੰਘ ਕੈਮਰਾਮੈਨ ਜਸ ਦੇ ਨਾਲ।